ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ASI ਨੇ ਹੀ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ ਹੈ। ਨਸ਼ੇ ਵਿੱਚ ਧੁੱਤ ਗੱਡੀ ਚਲਾਉਂਦੇ ਨੇ ਸੜਕ ਦੇ ਕੰਢੇ ਖੜੇ ਆਈਸਕ੍ਰੀਮ ਖਾਂਦੇ ਪੁਲਿਸ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, 15 ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ, ਜਿਸ ਕਰਕੇ ਟਾਇਰ ਹੇਠ ਆਉਣ ਦੇ ਕਾਰਨ ਇੱਕ ਹੈੱਡ ਕਾਂਸਟੇਬਲ ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ ਦੂਜਾ ਸਾਥੀ ਜੋ ASI ਸੀ ਉਹ ਵੀ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ASI ਬਲਵਿੰਦਰ ਸਿੰਘ ਜੋ ਕਿ ਨਸ਼ੇ ਵਿੱਚ ਧੁੱਤ ਹੋ ਕੇ ਗੱਡੀ ਚਲਾ ਰਿਹਾ ਸੀ, ਤਦਰੇ ਦੂਜੇ ਪਾਸੇ ਆਪਣਾ PCR ਮੋਟਰਸਾਈਕਲ ਖੜਾ ਕਰਕੇ ਇਹ ਪੁਲਿਸ ਮੁਲਾਜ਼ਮ ਆਈਸਕ੍ਰੀਮ ਖਾ ਰਹੇ ਸਨ। ਤੇਜ਼ ਰਫਤਾਰ ਦੇ ਵਿੱਚ ਆਉਂਦੇ ਨਸ਼ੇ 'ਚ ਧੁੱਤ ਇਸ ASI ਦੇ ਵੱਲੋਂ ਜ਼ੋਰ ਦੇ ਨਾਲ ਇਹਨਾਂ ਪੁਲਿਸ ਕਰਮੀਆਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਵਿੱਚ ਇਹ ਦੋਨੋਂ ਫਸ ਜਾਂਦੇ ਨੇ ਅਤੇ 15 ਮੀਟਰ ਦੂਰ ਤੱਕ ਇਹ ASI ਇਹਨਾਂ ਦੋਨਾਂ ਨੂੰ ਘੜੀਸਦਾ ਹੋਇਆ ਲੈ ਜਾਂਦਾ ਹੈ, ਜਿਸ ਕਰਕੇ ਟਾਇਰ ਹੇਠ ਆਉਣ ਕਾਰਨ ਹੈੱਡ ਕਾਂਸਟੇਬਲ ਆਕਾਸ਼ਦੀਪ ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ ਦੂਸਰਾ ASI ਸਤਨਾਮ ਸਿੰਘ ਜਿਸ ਦੀ ਲੱਤ ਟੁੱਟ ਗਈ ਹੈ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ, ਉਹ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਤੁਰੰਤ ਹੀ ਬਲਵਿੰਦਰ ਸਿੰਘ ASI ਜੋ ਕਿ ਮੁਲਜ਼ਮ ਹੈ ਗੱਡੀ ਚਲਾ ਰਿਹਾ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਸਤਨਾਮ ਸਿੰਘ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਆਕਾਸ਼ਦੀਪ ਸਿੰਘ ਦੱਸਿਆ ਜਾ ਰਿਹਾ ਹੈੱਡ ਕਾਂਸਟੇਬਲ ਜਿਸ ਦੀ ਇਸ ਗੱਡੀ ਦੇ ਹੇਠਾਂ ਆਉਣ ਦੇ ਕਾਰਨ ਮੌਤ ਹੋ ਗਈ ਹੈ। ਸੋ ਇਹ ਵੱਡੀ ਲਾਪਰਵਾਹੀ ਅਤੇ ਵੱਡਾ ਗੁਨਾਹ ਇੱਕ ASI ਦੇ ਵੱਲੋਂ ਹੀ ਕੀਤਾ ਗਿਆ ਹੈ, ਉਹ ਵੀ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਗਿਆ ਉਸਦੇ ਵੱਲੋਂ ਜੋ ਨਸ਼ੇ 'ਚ ਧੁੱਤ ਹੋ ਕੇ ਗੱਡੀ ਚਲਾ ਰਿਹਾ ਸੀ। PCR ਮੁਲਾਜ਼ਮ ਸਨ ਇਹ ਦੋਵੇਂ ਜੋ ਆਪਣੀ ਬਾਈਕ ਸੜਕ ਦੇ ਕੰਢੇ 'ਤੇ ਖੜ੍ਹੀ ਕਰਕੇ ਆਈਸਕ੍ਰੀਮ ਖਾ ਰਹੇ ਸਨ ਅਤੇ ਇਸੇ ਦੌਰਾਨ ਹੀ ਇਹ ASI ਕਾਲ ਬਣ ਕੇ ਆਉਂਦਾ ਹੈ, ਬੜੀ ਤੇਜ਼ ਰਫਤਾਰ ਦੇ ਨਾਲ ਗੱਡੀ ਚਲਾਉਂਦਾ ਹੋਇਆ ਦੋਨਾਂ ਨੂੰ ਪਹਿਲਾਂ ਤਾਂ ਟੱਕਰ ਮਾਰਦਾ ਹੈ, ਬਾਈਕ ਸਣੇ ਇਹਨਾਂ ਨੂੰ ਘੜੀਸਦਾ ਹੋਇਆ 15 ਮੀਟਰ ਦੂਰ ਤੱਕ ਲੈ ਜਾਂਦਾ ਹੈ, ਗੱਡੀ ਵੀ ਨਹੀਂ ਰੋਕਦਾ ਅਤੇ ਟਾਇਰ ਹੇਠ ਆਉਣ ਕਰਕੇ ਹੈੱਡ ਕਾਂਸਟੇਬਲ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ, ਥਾਂ ਹੀ ਉਸਦੀ ਜਾਨ ਨਿਕਲ ਗਈ, ਜਦਕਿ ਦੂਜਾ ਸਾਥੀ ASI ਸਤਨਾਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੈ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸਦੇ ਪੱਟ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਉਸਨੂੰ ਹੋਰ ਵੀ ਸੱਟਾਂ ਲੱਗੀਆਂ ਨੇ। ਉਧਰ ਦੂਜੇ ਪਾਸੇ ASI ਬਲਵਿੰਦਰ ਸਿੰਘ ਜੋ ਕਿ ਕਾਰ ਚਲਾ ਰਿਹਾ ਸੀ ਉਸਨੂੰ ਗ੍ਰਿਫਤਾਰ ਕੀਤਾ ਗਿਆ, ਉਸਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇ ਕਿ ਹਾਦਸਾ ਲੁਧਿਆਣਾ ਦੇ ਵਿੱਚ ਵਾਪਰਿਆ ਹੈ, ਲੁਧਿਆਣਾ ਦੇ ਵਿੱਚ ਹੀ ਇੱਕ ASI ਦੇ ਵੱਲੋਂ ਹੀ ਆਪਣੇ ਪੁਲਿਸ ਕਰਮੀਆਂ ਨੂੰ ਕੁਚਲ ਦਿੱਤਾ ਗਿਆ, ਜੋ PCR ਮੁਲਾਜ਼ਮ ਸਨ ਆਈਸਕ੍ਰੀਮ ਖਾ ਰਹੇ ਸਨ ਸੜਕ ਦੇ ਕੰਢੇ 'ਤੇ ਖੜ੍ਹੇ ਹੋ ਕੇ ਅਤੇ ਕਾਲ ਬਣ ਕੇ ਆਇਆ ਇਹ ASI ਜੋ ਨਸ਼ੇ 'ਚ ਧੁੱਤ ਹੋ ਕੇ ਗੱਡੀ ਚਲਾ ਰਿਹਾ ਸੀ ਦੋਨਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੰਦਾ ਹੈ, ਦਰੜਦਾ ਹੋਇਆ 15 ਮੀਟਰ ਤੱਕ ਘਸੀਟਦਾ ਲੈ ਜਾਂਦਾ ਹੈ, ਜਿਸ ਕਰਕੇ ਹੈੱਡ ਕਾਂਸਟੇਬਲ ਦੇ ਉੱਤੋਂ ਦੀ ਟਾਇਰ ਲੰਘ ਜਾਂਦਾ ਹੈ ਅਤੇ ਉਸਦੀ ਥਾਂ ਮੌਤ ਹੋ ਜਾਂਦੀ ਹੈ ਅਤੇ ਸਤਨਾਮ ਸਿੰਘ ASI ਜੋ ਉਸਦੇ ਨਾਲ ਸਾਥੀ ਮੌਜੂਦ ਸੀ ਉਸਦੀ ਵੀ ਲੱਤ ਟੁੱਟ ਜਾਂਦੀ ਹੈ। ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਕਿ ਨਸ਼ੇ ਦੇ ਵਿੱਚ ਰੱਜਿਆ ਹੋਇਆ ਸੀ, ASI ਆ ਖੁਦ ਵੀ ਜੋ ਗੱਡੀ ਚਲਾ ਰਿਹਾ ਸੀ ਬੇਕਾਬੂ ਹੋ ਗਏ, ਗੱਡੀ ਬ੍ਰੇਕ ਤੱਕ ਨਹੀਂ ਲੱਗੀ, ਬਲਕਿ ਇਹਨਾਂ ਦੋਨਾਂ ਮੁਲਾਜ਼ਮਾਂ ਨੂੰ ਕਾਫੀ ਦੂਰ ਤੱਕ ਗੱਡੀ ਦੇ ਹੇਠਾਂ ਬਾਈਕ ਸਣੇ ਘੜੀਸਦਾ ਹੋਇਆ ਲੈ ਕੇ ਗਿਆ। ਸੋ ਇਸ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਬਲਵਿੰਦਰ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ, ਮੈਡੀਕਲ ਵੀ ਕਰਵਾਇਆ ਗਿਆ ਹੈ, ਬਾਕੀ ਅੱਗੇ ਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਉਧਰ ਆਕਾਸ਼ਦੀਪ ਸਿੰਘ ਜੋ ਹੈੱਡ ਕਾਂਸਟੇਬਲ ਸੀ ਜਿਸ ਦੀ ਮੌਤ ਹੋਈ ਇਸ ਹਾਦਸੇ ਦੇ ਵਿੱਚ, ਉਸਦੇ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਅਤੇ ਉਹ ਇਨਸਾਫ ਦੀ ਮੰਗ ਕਰ ਰਹੇ ਨੇ। PCR ਮਤਲਬ ਆਪਣੀ ਨਾ ਡਿਪਟੀ ਸਾਹਿਬ ਕੋਲ ਚੈਕਿੰਗ ਕਰਾ ਕੇ ਜਲੰਧਰ ਬਾਈਪਾਸ ਤੋਂ ਆ ਰਹੇ ਸੀ, ਇੱਕ ਪਿੱਛੋਂ ਨਾ ਤੇਜ਼ ਰਫਤਾਰ ਸਵਿਫਟ ਗੱਡੀ PB12Y07062 ਆਈ, ਜਿਹਨੇ ਮੋਟਰਸਾਈਕਲ ਨੰਬਰ PCR 20 ਸੀ,
ਅਤੇ ਉਹਨੂੰ ਇਹਨਾਂ ਜ਼ੋਰ ਨਾਲ ਟੱਕਰ ਮਾਰੀ, ਜਿਹਨਾਂ ਦਾ ਕਿਤੇ ਮੌਕੇ 'ਤੇ ਡੈਥ ਹੋ ਗਈ, ਆਕਾਸ਼ਦੀਪ ਦੀ ਜੀ। ਅਤੇ ਜਿਹੜਾ ਸਤਨਾਮ ਸਿੰਘ ਆ ਉਹਦਾ ਪੱਟ ਤੋਂ ਲੱਤ ਟੁੱਟ ਗਈ ਅਤੇ ਉਹ ਡੀ ਐਮ ਸੀ ਜੇਰੇ ਲਾ ਗਈ। ਸਰ ਇਹ ਐਕਸੀਡੈਂਟ ਹੋਇਆ ਕਿੱਥੇ? ਇਹ ਜਲੰਧਰ ਬਾਈਪਾਸ ਆਪਣੇ ਜਦੋਂ ਆਉਂਦੇ ਹਾਂ ਸਲਿਪ ਰੋਡ 'ਤੇ ਪੰਜਾਬ ਐਂਡ ਸਿੰਧ ਬੈਂਕ ਨੈਸ਼ਨਲ ਬੈਂਕ ਦੇ ਨਾਲ ਨੇੜੇ। ਠੀਕ ਹੈ ਜੀ। ਸਰ ਇਹ ਗੱਡੀ ਚਲਾ ਕੌਣ ਨੇ ਸੀ ਜਿਨ੍ਹਾਂ ਨੇ ਐਕਸੀਡੈਂਟ ਕੀਤਾ? ਇਹ ਬਲਵਿੰਦਰ ਸਿੰਘ ਹੈ, ਏ ਐੱਸ ਆਈ 2 ਨੰਬਰ ਡਿਵੀਜ਼ਨ ਲੱਗੇ ਆ। ਅੱਛਾ ਜੀ। ਉਹ ਚਲਾ ਰਹੇ ਸੀ। ਸਰ ਕਹਿੰਦੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਕੁਛ? ਹਾਂ ਜੀ, ਉਹਨਾਂ ਦਾ ਮੈਡੀਕਲ ਕਰਵਾ ਤਾ। ਅੱਛਾ ਜੀ। ਹਾਂਜੀ। ਆਇਆ ਉਹਦੇ 'ਚ ਕੀ ਡਰਿੰਕ ਕੀਤੀ ਸੀ? ਦੇਖੋ ਜੀ, ਉਹ ਹੁਣ ਜਦੋਂ ਆਪਣੇ ਉਹਦਾ ਕੱਢ ਕੇ ਭੇਜਦੇ ਤੇ ਆ ਅਤੇ ਜਦੋਂ ਰਿਜ਼ਲਟ ਆਪਣੇ ਕੋਲ ਆਏਗਾ ਨਾਲ ਕੀਤਾ ਜਾਏਗਾ। ਸਰ ਫੜ ਲਿਆ ਜੀ ਏ ਐੱਸ ਆਈ ਨੂੰ? ਹਾਂਜੀ ਹਾਂਜੀ, ਮੌਕੇ 'ਤੇ ਉਹਨੂੰ ਫੜ ਲਿਆ ਜੀ। ਅਤੇ ਇੱਕ ਜੇ ਮੁਲਾਜ਼ਮ ਦੀ ਡੈਥ ਹੋਈ ਹੈ ਜੀ? ਇਹ ਆਕਾਸ਼ਦੀਪ ਹੈ ਜੀ। ਅੱਛਾ ਜੀ। ਕਿੰਨੀ ਉਮਰ ਹੈ ਉਹਨਾਂ ਦੀ? ਇਹਦੀ 36 ਸਾਲ ਹੈ ਜੀ। ਅੱਛਾ ਜੀ। ਮੈਰਿਡ ਹੈ ਜੀ ਇਹਨਾਂ? ਹਾਂ ਮੈਰਿਡ ਹੈ। ਅੱਛਾ ਜੀ, ਠੀਕ ਹੈ ਜੀ। ਠੀਕ।